ਪਿਆਰੇ ਵਿਦਿਆਰਥੀਓ, ਅੱਜ ਅਸੀਂ ਗੱਲ ਕਰਾਂਗੇ MA ਪੰਜਾਬੀ ਭਾਗ ਦੂਜਾ ਸਮੈਸਟਰ ਚੌਥੇ ਪੇਪਰ 13 ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਲੇਬਸ ਅਨੁਸਾਰ। ਸਾਡਾ ਵਿਸ਼ਾ ਹੋਏਗਾ ਭਾਰਤੀ ਆਰੀਆਈ ਭਾਸ਼ਾ ਪਰਿਵਾਰ ਅਤੇ ਪੰਜਾਬੀ ਭਾਸ਼ਾ, ਇੰਡੋ ਆਰੀਅਨ ਲੈਂਗੁਏਜ ਫੈਮਿਲੀ ਬਾਰੇ। ਮੈਂ ਡਾਕਟਰ ਜਸਪਾਲ ਸਿੰਘ, ਐਸੋਸੀਏਟ ਪ੍ਰੋਫੈਸਰ GGIIT ਕਾਲਜ ਹਰਿਆਣਾ, ਤੁਹਾਡੇ ਨਾਲ ਇਸ ਵਿਸ਼ੇ 'ਤੇ ਭਾਰਤੀ ਆਰੀਆਈ ਭਾਸ਼ਾ ਪਰਿਵਾਰ ਅਤੇ ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ ਗੱਲ ਕਰਾਂਗੇ। ਜੋ ਤੁਹਾਡੀ ਸਕਰੀਨ 'ਤੇ ਇਸ ਤਰ੍ਹਾਂ ਹੈ, ਅੱਜ ਦਾ ਵਿਸ਼ਾ ਜਿਹੜਾ ਹੈ MA ਪੰਜਾਬੀ ਭਾਗ ਦੂਜਾ ਸਮੈਸਟਰ ਚੌਥਾ, ਅਤੇ ਪੇਪਰ ਇਹ 13 ਹੋਏਗਾ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ। ਅਤੇ ਅੱਜ ਅਸੀਂ ਗੱਲ ਕਰਾਂਗੇ ਇੰਡੋ ਆਰੀਅਨ ਭਾਸ਼ਾ ਪਰਿਵਾਰ ਜਿਹੜਾ ਹੈ, ਭਾਰਤੀ ਆਰੀਆਈ ਭਾਸ਼ਾ ਪਰਿਵਾਰ ਦੇ ਸੰਬੰਧ ਵਿੱਚ। ਅਤੇ ਪਿਆਰੇ ਵਿਦਿਆਰਥੀਓ, ਭਾਰਤੀ ਆਰੀਆ ਭਾਸ਼ਾ ਪਰਿਵਾਰ 'ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹਾਂ ਕਿ ਇਹ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਪਰਿਵਾਰ ਜਿਹੜੇ ਹਨ ਸੰਸਾਰ ਦੇ ਵਿੱਚ, ਪ੍ਰਮੁੱਖ ਭਾਸ਼ਾ ਪਰਿਵਾਰ ਜਿਹੜੇ ਹਨ ਉਹ ਜਿਹੜੇ ਵੀ ਹਨ, ਜਿਹਨਾਂ ਵਿੱਚ ਭਾਰਤੀ ਯੂਰਪੀ ਪਰਿਵਾਰ ਹੈ, ਚੀਨੀ ਤਿੱਬਤੀ ਪਰਿਵਾਰ ਹੈ, ਸਾਮੀ ਪਰਿਵਾਰ ਹੈ, ਹਾਮੀ ਪਰਿਵਾਰ ਹੈ, ਦਰਾਵੜੀ ਪਰਿਵਾਰ ਹੈ, ਕਾਕੇਸ਼ੀ ਪਰਿਵਾਰ ਹੈ, ਯੂਰਾਲ ਅਲਤਾਈ ਪਰਿਵਾਰ ਹੈ, ਕਦਾਈ ਪਰਿਵਾਰ ਹੈ, ਆਸਟਰੋ ਏਸ਼ੀਆਈ ਪਰਿਵਾਰ ਹੈ, ਅਫਰੀਕੀ ਪਰਿਵਾਰ ਹੈ, ਮਲਿਆਈ ਪਾਲੀ ਨੇਸ਼ੀ ਪਰਿਵਾਰ ਹੈ, ਅਮਰੀਕੀ ਭਾਸ਼ਾਈ ਪਰਿਵਾਰ ਆਦਿ ਇਸ ਤਰ੍ਹਾਂ ਦੇ ਹਨ। ਅਤੇ ਸੰਸਾਰ ਵਿੱਚ ਲਗਭਗ 3000 ਤੋਂ ਉੱਪਰ ਭਾਸ਼ਾਵਾਂ ਜਿਹੜੀਆਂ ਹਨ ਉਹ ਬੋਲੀਆਂ ਜਾਂਦੀਆਂ ਹਨ, ਜਿਹੜੀਆਂ ਵੱਖਰੇ ਵੱਖਰੇ ਪਰਿਵਾਰ ਦੇ ਨਾਲ, ਭਾਸ਼ਾ ਪਰਿਵਾਰ ਦੇ ਨਾਲ ਸੰਬੰਧ ਰੱਖਦੀਆਂ ਹਨ। ਇਸੇ ਤਰ੍ਹਾਂ ਇੰਡੋ ਆਰੀਅਨ ਭਾਸ਼ਾ ਪਰਿਵਾਰ ਬਹੁਤ ਹੀ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਵਿੱਚ ਉਹੀ ਸਾਡੀਆਂ ਭਾਰਤ ਦੀਆਂ ਸਾਰੀਆਂ ਆਧੁਨਿਕ ਭਾਸ਼ਾਵਾਂ ਜਿਹੜੀਆਂ ਹਨ ਉਹ ਇੰਡੋ ਆਰੀਅਨ ਭਾਸ਼ਾ ਪਰਿਵਾਰ ਵਿੱਚੋਂ ਨਿਕਲਦੀਆਂ ਹਨ। ਇਹ ਭਾਸ਼ਾ ਪਰਿਵਾਰ ਨੂੰ 3 ਕਾਲਾਂ ਵਿੱਚ ਵੰਡ ਸਕਦੇ ਹਾਂ, ਭਾਵ ਵੰਡਿਆ ਜਾਂਦਾ ਹੈ। ਪਹਿਲਾ ਕਾਲ ਹੈ ਪ੍ਰਾਚੀਨ ਕਾਲ, ਜਿਹਨੂੰ ਆਪਾਂ ਕਹਿੰਦੇ ਹਾਂ ਪੂਰਵ ਇਤਿਹਾਸਕ ਸਮੇਂ ਤੋਂ 500 ਈਸਵੀ ਤੱਕ ਪੂਰਵ ਤੱਕ। ਇਸੇ ਤਰ੍ਹਾਂ ਮੱਧਕਾਲ ਦਾ ਕਾਲ ਹੈ 500 ਈਸਵੀ ਪੂਰਵ ਤੋਂ 1000 ਈਸਵੀ ਤੱਕ, ਅਤੇ ਵਰਤਮਾਨ ਕਾਲ ਹੈ 1000 ਈਸਵੀ ਤੋਂ ਹੁਣ ਤੱਕ ਜਿਹੜਾ ਹੈ। ਇਸ ਤਰ੍ਹਾਂ 3 ਕਾਲਾਂ ਦੇ ਵਿੱਚ ਅਸੀਂ ਇਸ ਭਾਰਤੀ ਭਾਸ਼ਾ ਪਰਿਵਾਰ ਨੂੰ, ਆਰੀਆ ਭਾਸ਼ਾ ਪਰਿਵਾਰ ਨੂੰ ਵੰਡਦੇ ਹਾਂ। ਪ੍ਰਾਚੀਨ ਕਾਲ ਵਿੱਚ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਜਿਹੜੀਆਂ ਹਨ ਆਉਂਦੀਆਂ ਹਨ, ਕਿਹੜੇ ਕਿਹੜੇ ਉਹਨਾਂ ਨਾਲ ਸੰਬੰਧੀ ਹੈ। ਆਰੀਆ ਲੋਕ ਪ੍ਰਾਚੀਨ ਕਾਲ ਤੋਂ ਸ਼ੁਰੂ ਵਿੱਚ ਵੀ, ਆਰੀਆ ਲੋਕ ਕਦੋਂ ਭਾਰਤ ਵਿੱਚ ਆਏ ਇਸ ਬਾਰੇ ਵੱਖ ਵੱਖ ਵਿਚਾਰ ਵਿਦਵਾਨ ਰੱਖਦੇ ਹਨ। ਕੋਈ ਕਹਿੰਦਾ ਹੈ ਕਿ ਇਹ 1500 ਈਸਵੀ ਪੂਰਵ ਵਿੱਚ ਭਾਰਤ ਵਿੱਚ ਆਏ ਮੰਨੇ ਜਾਂਦੇ ਹਨ ਆਰੀਆ ਲੋਕ ਜਿਹੜੇ ਹਨ, ਪਰ ਇਹ ਟੋਲੀਆਂ ਦੇ ਵਿੱਚ ਇਕੱਠੇ ਹੋ ਕੇ ਜਿਹੜੇ ਸੀਗੇ ਨਾ ਉਹ ਆਏ ਹਨ ਟੋਲੀਆਂ ਦੇ ਵਿੱਚ। ਪ੍ਰਾਚੀਨ ਕਾਲ ਦੀਆਂ ਉਦਾਹਰਨਾਂ ਰਿਗਵੇਦ ਵਿੱਚ ਵੀ ਮਿਲਦੀਆਂ ਹਨ। ਇਸ ਤੋਂ ਪਹਿਲਾਂ ਵੀ ਕੋਈ ਭਾਸ਼ਾ ਅਤੇ ਸੰਸਕ੍ਰਿਤ ਜ਼ਰੂਰ ਪ੍ਰਚਲਿਤ ਹੋਵੇਗੀ, ਜਿਸ ਤੋਂ ਆਰੀਆ ਲੋਕ ਪ੍ਰਭਾਵਿਤ ਹੋਏ ਭਾਰਤ ਵਿੱਚ ਆਉਣ ਦੇ ਸਮੇਂ। ਡਾਕਟਰ ਕਾਲਾ ਸਿੰਘ ਬੇਦੀ ਅਨੁਸਾਰ ਆਦਿ ਆਰੀਆ ਭਾਸ਼ਾ ਨਾਲ ਰਿਗਵੇਦੀ ਦੀ ਤੁਲਨਾ ਕਰਨ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਆਰੀਆ ਭਾਸ਼ਾ ਦੇ ਸੁਰਾਂ ਵਿੱਚ ਬਹੁਤ ਜ਼ਬਰਦਸਤ ਤਬਦੀਲੀ ਆ ਗਈ ਸੀ। 3 ਮੂਲ ਸੁਰਾਂ ਦੀ ਇੱਕ ਹੋਣ ਕਾਰਨ ਲਘੂ, ਦੀਰਘ ਅਤੇ ਮਿਲੇ ਜੁਲੇ ਸੁਰਾਂ ਦੀ ਸੰਖਿਆ ਘੱਟ ਹੋ ਗਈ। ਇਸ ਤਰ੍ਹਾਂ ਸੰਸਕ੍ਰਿਤ ਅੱਗੇ ਪ੍ਰਾਕਿਰਤਾਂ, ਅਪਭ੍ਰੰਸ਼ਾਂ ਅਤੇ ਆਧੁਨਿਕ ਭਾਸ਼ਾਵਾਂ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਇੱਥੋਂ ਤੱਕ ਕਿ ਫਾਰਸੀ ਨੇ ਵੀ ਸੰਸਕ੍ਰਿਤ ਦੇ ਸ਼ਬਦ ਭੰਡਾਰ ਨੂੰ ਬੜਾ ਲਾਭ ਉਠਾਇਆ ਹੈ। ਬੜੇ ਸ਼ਬਦ ਜਿਹੜੇ ਸਨ ਉਹ ਫਾਰਸੀ ਨੇ ਵੀ ਸੰਸਕ੍ਰਿਤ ਤੋਂ ਲਏ ਹਨ। ਇਸ ਤਰ੍ਹਾਂ ਭਾਰਤੀ ਆਰੀਆ ਭਾਸ਼ਾਵਾਂ ਦੀ ਭੈਣ ਫਾਰਸੀ ਨੂੰ ਵੀ ਮੰਨਿਆ ਜਾਂਦਾ ਹੈ ਕਿ ਇਹ ਇੱਕ ਕਿਸਮ ਦੀ ਭਾਰਤੀ ਆਰੀਆ ਭਾਸ਼ਾ ਪਰਿਵਾਰ ਦੀ ਭੈਣ ਹੈ। ਇਸੇ ਤਰ੍ਹਾਂ ਮੱਧਕਾਲ ਆਦਿ ਵਿੱਚ ਪਾਲੀ ਅਤੇ ਅਸ਼ੋਕੀ ਆ ਗਈਆਂ ਸਨ। ਪਾਲੀ ਅਤੇ ਅਸ਼ੋਕੀ ਭਾਸ਼ਾਵਾਂ ਮੱਧਕਾਲ ਦੇ ਵਿੱਚ ਆਉਂਦੀਆਂ ਹਨ। ਮਹਾਤਮਾ ਬੁੱਧ ਜਿਨ੍ਹਾਂ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਜਿਹੜਾ ਸੀ ਉਹ ਪਾਲੀ ਭਾਸ਼ਾ ਵਿੱਚ ਕੀਤਾ ਸੀ, ਪਾਲੀ ਦੇ ਵਿੱਚ। ਡਾਕਟਰ ਬੇਦੀ ਲਿਖਦੇ ਹਨ ਕਿ ਸੰਗਲਾਦੀਪ ਦੇ ਨਿਵਾਸੀ ਪਾਲੀ ਨੂੰ ਮਾਗਧੀ ਆ ਕਹਿੰਦੇ ਹਨ। ਪਾਲੀ ਗ੍ਰੰਥਾਂ ਵਿੱਚ ਭਾਸ਼ਾ ਬਾਰੇ ਮਾਗਧੀ ਸ਼ਬਦ ਦਾ ਹੀ ਪ੍ਰਯੋਗ ਸਾਨੂੰ ਮਿਲਦਾ ਹੈ। ਅਤੇ ਪਾਲੀ ਦਾ ਟੀਕਾ ਜਿਹੜਾ ਹੈ ਅਰਥ ਕਥਾ ਹੈ, ਟੀਕਾ ਪਾਲੀ ਦਾ ਅਰਥ ਕਥਾ ਹੈ, ਵਿੱਚ ਵੱਖ ਮੂਲ ਪਾਠ ਦੇ ਅਰਥਾਂ ਵਿੱਚ ਇਹ ਪ੍ਰਾਪਤ ਹੈ। ਪਾਲੀ ਸ਼ਬਦ ਦਾ
ਸ਼ੁਰੂ ਅਸ਼ੋਕੀ ਪ੍ਰਕਿਰਤੀ ਲਈ ਵੀ ਪ੍ਰਯੋਗ ਕੀਤਾ ਗਿਆ ਸੀ, ਪਰ ਅੱਜ ਕੱਲ੍ਹ ਇਹ ਕੇਵਲ ਹੀਨਯਾਨ ਬੁੱਧ ਧਰਮ ਦੇ ਧਰਮ ਗ੍ਰੰਥਾਂ ਦੀ ਭਾਸ਼ਾ ਲਈ ਵਰਤਿਆ ਜਾਂਦਾ ਹੈ। ਅਸ਼ੋਕੀ ਦੀ ਵਰਤੋਂ ਮਹਾਰਾਜਾ ਅਸ਼ੋਕ ਨੇ ਆਪਣੇ ਧਰਮ ਦੇ ਪ੍ਰਚਾਰ ਦੇ ਸੰਬੰਧ ਵਿੱਚ ਕੀਤੀ ਸੀ। ਇਸ ਨੂੰ ਹੀ ਸ਼ਿਲਾ ਲੇਖ ਜਿਹੜੇ ਅਸ਼ੋਕ ਦੇ ਲਿਖੇ ਗਏ ਹਨ ਲਿਖਣ ਲਈ ਵਰਤਿਆ ਗਿਆ ਸੀ। ਜੈਨ ਪ੍ਰਕਿਰਤਾਂ ਮਹਾਰਾਸ਼ਟਰੀ ਆਦਿ ਕਾਲ ਵਿੱਚ ਹੀ ਵਿਕਸਿਤ ਹੋ ਗਈਆਂ ਸਨ। ਸ਼ੌਰ ਸ਼ੈਨੀ, ਮਾਗਧੀ, ਅਰਧ ਮਾਗਧੀ ਵੱਖ ਵੱਖ ਖੇਤਰਾਂ ਅੰਦਰ ਪ੍ਰਚਲਿਤ ਸਨ। ਪੈਸਾਚੀ ਪ੍ਰਕਿਰਤ ਵੀ ਇਸੇ ਕਾਲ ਦੌਰਾਨ ਵਿਕਸਿਤ ਹੋਈ। ਗੁਣਾਨ ਪੰਡਿਤ ਦੀ ਜਿਹੜੀ ਬ੍ਰਹਮ ਕਥਾ ਹੈ ਉਹ ਵੀ ਕਹਿੰਦੇ ਇਸੇ ਵਿੱਚ ਜਿਹੜੀ ਹੈ ਇੱਥੇ ਪੈਸਾਚੀ ਭਾਸ਼ਾ ਵਿੱਚ ਮਿਲਦੀ ਹੈ, ਇਹਦੀ ਬ੍ਰਹਮ ਕਥਾ ਜਿਹੜੀ ਹੈ। ਇਸੇ ਤਰ੍ਹਾਂ ਅਪਭ੍ਰੰਸ਼ਾਂ ਵੀ ਪ੍ਰਕਿਰਤਾਂ ਤੋਂ ਪਿੱਛੋਂ ਹੋਂਦ ਵਿੱਚ ਆਈਆਂ ਹਨ। ਹਰ ਪ੍ਰਕਿਰਤ ਦੀ ਆਪਣੀ ਅਪਭ੍ਰੰਸ਼ ਵੱਖਰੀ ਸੀ। ਇਸੇ ਤਰ੍ਹਾਂ ਮੱਧਕਾਲ ਦੇ ਵਿੱਚ ਇਹ ਅਪਭ੍ਰੰਸ਼ਾਂ ਅਤੇ ਪ੍ਰਕਿਰਤਾਂ ਵਿੱਚੋਂ ਬਾਅਦ ਵਿੱਚ ਅਪਭ੍ਰੰਸ਼ਾਂ ਜਿਹੜੀਆਂ ਹਨ ਮਿਲੀਆਂ ਜੁਲੀਆਂ ਭਾਸ਼ਾਵਾਂ ਉਹਨਾਂ ਵਿੱਚੋਂ ਅੱਗੇ ਭਾਸ਼ਾਵਾਂ ਵਿਕਾਸ ਕਰਦੀਆਂ ਹਨ। ਇਸੇ ਤਰ੍ਹਾਂ ਆਧੁਨਿਕ ਕਾਲ ਦੇ ਵਿੱਚ ਪ੍ਰਕਿਰਤਾਂ ਅਤੇ ਅਪਭ੍ਰੰਸ਼ਾਂ ਵਿੱਚੋਂ ਆਧੁਨਿਕ ਭਾਸ਼ਾਵਾਂ ਜਿਹੜੀਆਂ ਅੱਜ ਚੱਲਤ ਹਨ ਭਾਰਤ ਦੇ ਵਿੱਚ ਉਹ ਰੂਪ ਲੈਣੀਆਂ ਸ਼ੁਰੂ ਹੋ ਗਈਆਂ ਸਨ। ਵਰਤਮਾਨ ਯੁੱਗ ਦੀਆਂ ਆਧੁਨਿਕ ਆਰੀਆ ਭਾਸ਼ਾਵਾਂ ਭਾਰਤੀ ਭਾਸ਼ਾਵਾਂ ਵਿੱਚ ਧੁਨੀਆਂ ਆਮ ਤੌਰ 'ਤੇ ਉਹੇ ਹਨ ਜਿਹੜੀਆਂ ਮੱਧ ਯੁੱਗ ਵਿੱਚ ਸਨ। ਪ੍ਰਾਚੀਨ ਯੁੱਗ ਦੀਆਂ ਰੀ ਅਤੇ ਸ ਵਰਤਮਾਨ ਵਿੱਚ ਲਿਖੀਆਂ ਜਾਂਦੀਆਂ, ਪਰ ਇਹਨਾਂ ਦਾ ਉਚਾਰਣ ਪ੍ਰਾਚੀਨ ਸਮੇਂ ਵਾਂਗ ਸ਼ੁੱਧ ਨਹੀਂ ਹੈ। ਲਿਖੀਆਂ ਤਾਂ ਜਾਂਦੀਆਂ ਹਨ ਪਰ ਇਹਨਾਂ ਧੁਨੀਆਂ ਦਾ ਉਚਾਰਣ ਪ੍ਰਾਚੀਨ ਭਾਸ਼ਾਵਾਂ ਵਾਂਗ ਸ਼ੁੱਧ ਨਹੀਂ ਮੰਨਿਆ ਗਿਆ ਹੈ। ਆਧੁਨਿਕ ਸਮੇਂ ਦੀਆਂ ਭਾਸ਼ਾਵਾਂ ਦੀ ਵੰਡ ਜੋ ਕਰਦੇ ਹਾਂ ਆਪਾਂ ਉਹ ਇਸ ਪ੍ਰਕਾਰ ਹੈ। ਆਧੁਨਿਕ ਸਮੇਂ ਦੀਆਂ ਭਾਸ਼ਾਵਾਂ ਸੰਬੰਧੀ ਡਾਕਟਰ ਬੇਦੀ ਨੇ ਕਈ ਸ਼ਾਖਾਵਾਂ ਦੱਸੀਆਂ ਹਨ। ਉਹਨਾਂ ਅੰਦਰਲੇ ਉਪ ਸ਼ਾਖਾ ਅੰਦਰ ਪੰਜਾਬੀ, ਭੀਲੀ, ਪੱਛਮੀ ਹਿੰਦੀ, ਖਾਦੇਸ਼ੀ, ਰਾਜਸਥਾਨੀ, ਗੁਜਰਾਤੀ, ਨੇਪਾਲੀ ਆਦਿ ਨੂੰ ਸ਼ਾਮਿਲ ਕੀਤਾ ਹੈ। ਵਿਚਕਾਰਲੇ ਸਮੇਂ ਵਿੱਚ ਉਪ ਸਮੂਹ ਅੰਦਰ ਉਹਨਾਂ ਨੇ ਪੂਰਬੀ ਹਿੰਦੀ ਸ਼ਾਮਿਲ ਕੀਤੀ ਹੈ। ਬਾਹਰਲੀ ਉਪ ਸ਼ਾਖਾ ਅੰਦਰ ਉਹਨਾਂ ਕਈ ਪ੍ਰਕਾਰ ਦੇ ਭਾਸ਼ਾ ਸਮੂਹ ਨਾਲ ਸ਼ਾਮਿਲ ਕੀਤੇ ਹਨ, ਜਿਵੇਂ ਪੂਰਬੀ ਭਾਸ਼ਾ ਸਮੂਹ ਵਿੱਚ ਉੜੀਆ, ਆਸਾਮੀ, ਬੰਗਾਲੀ ਅਤੇ ਬਿਹਾਰੀ ਭਾਸ਼ਾਵਾਂ ਜਿਹੜੀਆਂ ਸ਼ਾਮਿਲ ਹਨ। ਦੱਖਣੀ ਭਾਸ਼ਾ ਸਮੂਹ ਅੰਦਰ ਮਰਾਠੀ ਲਿਆਂਦੀ ਗਈ ਹੈ। ਪੱਛਮੀ ਉੱਤਰੀ ਭਾਸ਼ਾ ਸਮੂਹ ਅੰਦਰ ਉਹਨਾਂ ਨੇ ਸਿੰਧੀ ਅਤੇ ਲਹਿੰਦੀ ਭਾਸ਼ਾਵਾਂ ਸ਼ਾਮਿਲ ਕੀਤੀਆਂ ਹਨ। ਸਿੰਧੀ ਸਿੰਧ ਪ੍ਰਾਂਤਾਂ ਦੀ ਭਾਸ਼ਾ ਹੈ, ਜਿਸ ਨੂੰ ਅੱਗੇ ਕੱਛੀ, ਲਾਡੀ, ਬਰੇਲੀ, ਸ਼ਰੀਕੀ ਅਤੇ ਵਿਚੋਲੀ ਵਿੱਚ ਵੰਡਿਆ ਜਾ ਸਕਦਾ ਹੈ। ਲਹਿੰਦੀ, ਧਨੀ, ਪੋਠੋਹਾਰੀ, ਮੁਲਤਾਨੀ, ਲਹਿੰਦੀ ਵੀ ਭਾਸ਼ਾਵਾਂ ਆਉਂਦੀਆਂ ਹਨ। ਪੰਜਾਬੀ ਪੰਜਾਬ ਅੰਦਰ ਬੋਲੀ ਜਾਂਦੀ ਹੈ। ਪੰਜਾਬੀ ਦੀਆਂ ਵੀ ਅੱਗੇ ਕਈ ਉਪ ਭਾਸ਼ਾਵਾਂ ਮਿਲਦੀਆਂ ਹਨ, ਜਿਹਦੇ ਵਿੱਚ ਦੁਆਬੀ ਹੈ, ਮਾਝੀ ਹੈ, ਮਲਵਈ ਹੈ, ਪੁਆਧੀ ਹੈ, ਪੋਠੋਹਾਰੀ ਹੈ, ਇਹ ਮਿਲਦੀਆਂ ਹਨ। ਇਹ ਵੀ ਪੰਜਾਬੀ ਦੀਆਂ ਉਪ ਭਾਸ਼ਾਵਾਂ। ਰਾਜਸਥਾਨੀ ਰਾਜਸਥਾਨ ਦੀ ਸੀ ਅਤੇ ਜਿਹੜੀ ਰਾਜਸਥਾਨ ਦੇ ਵਿੱਚ ਰਾਜਸਥਾਨੀ ਅਤੇ ਇਹ ਤੋਂ ਅੱਗੇ ਰਾਜਸਥਾਨੀ ਤੋਂ ਅੱਗੇ ਮੇਵਾੜੀ, ਮਾਲਵੀ, ਮਾਰਵਾੜੀ, ਜੈਪੁਰੀ ਜਿਹੜੀਆਂ ਹਨ ਉਹ ਭਾਸ਼ਾਵਾਂ ਜਿਹੜੀਆਂ ਹਨ ਹੋਂਦ ਵਿੱਚ ਆਉਂਦੀਆਂ ਹਨ। ਇਸੇ ਤਰ੍ਹਾਂ ਪੱਛਮੀ ਹਿੰਦੀ ਮੇਰਠ ਅਤੇ ਬਿਜਨੌਰ ਦੇ ਆਲੇ ਦੁਆਲੇ ਬੋਲੀ ਜਾਂਦੀ ਸੀ। ਇਸ ਖੇਤਰ ਵਿੱਚ ਖੜ੍ਹੀ ਬੋਲੀ ਉਰਦੂ ਪ੍ਰਚਲਿਤ ਸੀ। ਇਸੇ ਇਲਾਕੇ ਦੇ ਵਿੱਚ ਮੇਰਠ ਦੇ ਬਿਜਨੌਰ ਦੇ ਆਲੇ ਦੁਆਲੇ ਉਰਦੂ ਭਾਸ਼ਾ ਵੀ ਜਿਹੜੀ ਸੀਗੀ ਨਾ ਉਹ ਬੋਲੀ ਜਾਂਦੀ ਸੀ ਇਸ ਇਲਾਕੇ ਦੇ ਵਿੱਚ ਜਿਹੜਾ ਸੀਗਾ। ਪੱਛਮੀ ਹਿੰਦੀ ਭਾਸ਼ਾ ਦੀਆਂ ਵੀ ਕਈ ਸ਼ਾਖਾਵਾਂ ਸਾਨੂੰ ਮਿਲਦੀਆਂ ਹਨ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿਵੇਂ ਕਨੌਜੀ ਹੈ, ਬੁੰਦੇਲੀ ਹੈ, ਖੜ੍ਹੀ ਬੋਲੀ ਹਿੰਦੀ ਹੈ, ਬ੍ਰਜ ਭਾਸ਼ਾ ਅਤੇ ਬਾਂਗੜੂ ਹੈ। ਇਹ ਪੱਛਮੀ ਹਿੰਦੀ ਦੀਆਂ ਕਈ ਸ਼ਾਖਾਵਾਂ ਉਹਦੇ ਅਧੀਨ ਇਹ ਭਾਸ਼ਾਵਾਂ ਵੀ ਸਾਨੂੰ ਮਿਲਦੀਆਂ ਹਨ। ਇਸੇ ਤਰ੍ਹਾਂ ਪੂਰਬੀ ਹਿੰਦੀ ਵੀ ਆਧੁਨਿਕ ਭਾਰਤੀ ਭਾਸ਼ਾਵਾਂ ਅੰਦਰ ਆਉਂਦੀ ਹੈ। ਇਸ ਵਿੱਚ ਛੱਤੀਸਗੜ੍ਹੀ, ਬਘੇਲੀ ਅਤੇ ਅਵਧੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਦੇ ਵਿੱਚ ਜਿਹੜੀਆਂ ਹੋਰ ਆਧੁਨਿਕ ਭਾਰਤੀ ਭਾਸ਼ਾਵਾਂ ਆਉਂਦੀਆਂ ਹਨ ਅਤੇ ਉਹਦੇ ਵਿੱਚ ਛੱਤੀਸਗੜ੍ਹੀ, ਬਘੇਲੀ ਅਤੇ ਅਵਧੀ ਸ਼ਾਮਿਲ ਹਨ। ਇਸੇ ਤਰ੍ਹਾਂ ਬਿਹਾਰ ਦਾ ਖੇਤਰ ਹੈ, ਇਸ ਵਿੱਚ ਬਿਹਾਰੀ ਭਾਸ਼ਾ ਸਮੂਹ ਮਿਲਦਾ ਹੈ, ਸਾਨੂੰ ਬਿਹਾਰੀ ਭਾਸ਼ਾ ਦਾ ਸਮੂਹ ਉੱਥੇ ਮਿਲਦਾ ਹੈ। ਇਸ ਤੋਂ ਅੱਗੇ ਫਿਰ ਮਗਧੀ ਹੈ, ਮੈਥਲੀ ਹੈ ਅਤੇ ਭੋਜਪੁਰੀ ਹੈ। ਕਿ ਇਹਦੇ ਅੱਗੇ ਫਿਰ ਬਿਹਾਰੀ ਭਾਸ਼ਾ ਤੋਂ ਅੱਗੇ ਮਗਹੀ, ਮੈਥਲੀ ਅਤੇ ਭੋਜਪੁਰੀ। ਇਸੇ ਤਰ੍ਹਾਂ ਪਹਾੜੀ ਭਾਸ਼ਾਵਾਂ ਵੀ ਮਹੱਤਵਪੂਰਨ ਹਨ, ਪਰ ਪਹਾੜੀ ਭਾਸ਼ਾਵਾਂ ਨੂੰ ਪੱਛਮੀ ਪਹਾੜੀ,
पूर्वी पहाड़ी ते मध्य पहाड़ी विच वंडिया जा सकता है। पूर्वी पहाड़ी दे अगे नेवारी ते नेपाली भाषावां दित्तियां जा सकदियां हन। मध्य पहाड़ी नूं कुमेयुनी अते गढ़वाली विच वंडिया जा सकता है। पछमी पहाड़ी नूं चंबाली, कलुई, कयोयोनी ते जौनसारी विच वंडिया जा सकता है। उड़ीसी जिहड़ी है वर्तमान उड़ीसा दे खेतर अंदर बोली जांदी है। ਇਹ ਵੀ ਆਧੁਨਿਕ ਭਾਰਤੀ ਭਾਸ਼ਾ ਅੰਦਰ ਆਉਂਦੀ ਹੈ। ਬੰਗਾਲੀ ਬੰਗਾਲ ਵਿੱਚ ਅਤੇ ਅਸਾਮੀ ਅਸਾਮ ਵਿੱਚ, ਮਰਾਠੀ ਮਹਾਰਾਸ਼ਟਰ ਵਿੱਚ ਇਹ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਖੜੀ ਬੋਲੀ ਦੇ ਅੱਗੇ ਤਿੰਨ ਭਾਗ ਹਿੰਦੀ, ਹਿੰਦੁਸਤਾਨੀ ਅਤੇ ਉਰਦੂ ਮੰਨੀਆਂ ਗਈਆਂ ਹਨ। ਇਸ ਤਰ੍ਹਾਂ ਅਸੀਂ ਇਹ ਭਾਸ਼ਾਵਾਂ ਜਿਹੜੀਆਂ ਹਨ ਵੱਖਰੇ ਵੱਖਰੇ ਖੇਤਰ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਇਹ ਪ੍ਰਾਕਿਰਤਾਂ ਤੋਂ ਅਪਭ੍ਰੰਸ਼ਾਂ ਤੋਂ ਵਿੱਚੋਂ ਨਿਕਲੀਆਂ ਹਨ। ਇਸ ਤਰ੍ਹਾਂ ਪੰਜਾਬੀ ਵੀ ਜਿਹੜੀ ਹੈ ਅਪਭ੍ਰੰਸ਼ ਭਾਸ਼ਾ ਵਿੱਚੋਂ ਆਪਣਾ ਰੂਪ ਜਿਹੜਾ ਸੀਗਾ ਨਾ ਨੌਵੀਂ ਦਸਵੀਂ ਸਦੀ ਦੇ ਵਿੱਚ ਜਿਹੜੀ ਸੀਗਾ ਨਾ ਅਖਤਿਆਰ ਕਰਦੀ ਹੈ। ਇਹ ਭਾਸ਼ਾਵਾਂ ਇੰਡੋ ਆਰੀਅਨ ਪਰਿਵਾਰ ਦੇ ਵਿੱਚ ਆਉਂਦੀਆਂ ਹਨ, ਜਿਨ੍ਹਾਂ ਸੰਬੰਧੀ ਅੱਜ ਆਪਾਂ ਚਰਚਾ ਕਰਦੀ ਹੈ। ਅਤੇ ਇਹ ਤੁਹਾਡੇ ਭਾਸ਼ਾ ਵਿਗਿਆਨ ਦੇ ਨਾਲ ਬਾਕੀ ਭਾਸ਼ਾ ਦੇ ਜਿਹੜੇ ਸੀਗੇ ਨਾ ਇੰਡੋ ਆਰੀਅਨ ਫੈਮਿਲੀ ਜਿਹੜੀ ਹੈ, ਭਾਸ਼ਾ ਦੀ ਜਿਹੜੀ ਹੈ ਲੈਂਗੁਏਜ ਫੈਮਿਲੀ, ਉਹਦੇ ਨਾਲ ਸੰਬੰਧਿਤ ਆਪਾਂ ਗੱਲ ਕੀਤੀ ਹੈ। ਧੰਨਵਾਦ।